जिथे आपां धन धन साहिब श्री गुरु नानक साहब जी के प्रकाश पुरब बहुत ही चढ़दी कला सत्कार ते बहुत श्रद्धा भावना नाल अज सुल्तानपुर लोधी विखे मना रहे हैं। उत्थे ही धन धन साहिब श्री गुरु ग्रंथ साहिब जी के अखंड पाठ साहिब के अज भोग पाए गए ने। ते जिथे कल जिहड़े सी गुरु नानक साहिब जी के प्रकाश पुरब मनाए ते अज जिहड़े है गुरु नानक साहिब जी के प्रकाश पुरब नूं समर्पित जिहड़े गुरु दीआं लाड़लीआं निहंग सिंह फौजां वल्लों विशाल महल्ले सजाए जा रहे ने। सो सारियां ही गुरु नानक नाम लेवा संगतां नूं बेनती है आपां बहुत ही श्रद्धा भावना सत्कार दे नाल इन्हां जिथे सारे प्रोग्रामां 'च अपनियां हाजरियां लवाईआं ने ते अज वी जिथे श्रोमणी पंथ अकाली बुढ़ा दल पंजवां तखत दी अगवाई दे विच जिहड़े विशाल महल्ले खेडे जाणे ने ते आपां सारे बहुत ही श्रद्धा भावना दे नाल इन्हां जोड़ मेलियां दे विच अपनियां अपनियां हाजरियां लवाईए। सतगुर नानक प्रगटिया मिट्टी धुंद जग चानण होवा ज्यों कर सूरज निकलिया तारे छपे अंधेर पलोवा। श्री गुरु नानक आप परमेश्वर अवतार लियो शुभ वंश प्रधाना पूर्व जोत पठै दे आयस ते सावे आपन माते उरजाना। गुरु नानक साहब जी की अपार कृपा हुई है ते आपां उन्हां दे 554 जिहड़े है प्रकाश पुरब बहुत ही चढ़दी कला ते श्रद्धा भावना दे नाल मना रहे हां। ਬਾਬਾ ਜੀ, ਬੀਤੇ ਦਿਨੀ ਅਕਾਲ ਬੁੰਗਾ ਸਾਹਿਬ ਤੇ ਜੋ ਘਟਨਾ ਵਾਪਰੀ ਕਿਵੇਂ ਦੇਖਦੇ ਹੋ, ਕੀ ਬਿਆਨ ਕਰਨਾ ਚਾਹੁੰਦੇ ਹੋ, ਕਿਉਂਕਿ ਅਜੇ ਤੱਕ ਜਿਹੜੀ ਸੰਗਤ ਤੇ ਤੁਹਾਡਾ ਬਿਆਨ ਸਾਂਝਾ ਨਹੀਂ ਕਰ ਸਕੀ ਕਿਸੇ ਪਾਸੇ? ਮੈਂ ਤੇ ਬਿਆਨ ਤਾਂ ਸਾਂਝਾ ਹੁੰਦਾ ਜੇ ਇੱਥੇ ਹੁੰਦਾ। ਮੈਂ ਤਾਂ ਗਿਆ ਹੋਇਆ ਸੀ ਹਜ਼ੂਰ ਸਾਹਿਬ ਯਾਤਰਾ ਵਾਸਤੇ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਸਥਾਪਨਾ ਦਿਵਸ ਮਨਾਉਣ ਵਾਸਤੇ ਤੇ ਬੁੱਢਾ ਦਲ ਦੇ ਆਪਣੇ ਜਿਹੜਾ ਬੁੱਢਾ ਦਲ ਦੇ 6ਵੇਂ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਜਿਹੜੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮਾਂ ਵਾਸਤੇ ਗਿਆ ਹੋਇਆ ਸੀ ਅਤੇ ਜਿਹੜਾ ਮਗਰੋਂ ਮੇਰੇ ਇਹ ਉਹਨਾਂ ਨੇ ਜਿਹੜਾ ਪਾਪ ਕੀਤਾ ਅਤੇ ਉਹਨਾਂ ਨੂੰ ਵੀ ਨਹੀਂ ਸੀ ਚਾਹੀਦਾ ਜੇ ਇਹੋ ਜਿਹੀ ਮਾੜੀ ਹਰਕਤ ਕਰਨੀ ਸੀ ਅਤੇ ਉਹ ਇਹ ਦਿਨ ਨਹੀਂ ਸੀ ਉਹਨਾਂ ਨੂੰ ਆਪਣੇ ਰੱਖਣੇ ਚਾਹੀਦੇ। ਉਹ ਕੋਈ ਮਹੀਨਾ 2 ਮਹੀਨੇ ਪਹਿਲਾਂ ਜਾਂ ਬਾਅਦ 'ਚ ਵੀ ਰੱਖ ਸਕਦੇ ਸੀ ਅਤੇ ਜਿਹਦੇ ਨਾਲ ਬਹੁਤ ਹੀ ਸਾਡੇ ਆਪਣੇ ਨਿਹੰਗ ਸਿੰਘ ਫੌਜਾਂ ਦੇ ਵਿੱਚ ਇਹਦੇ 'ਚ ਮਾੜਾ ਅਸਰ ਜਾ ਰਿਹਾ। ਸੰਗਤਾਂ 'ਚ ਜਿੰਨਾ ਕੁ ਮੈਂ ਪ੍ਰਚਾਰ ਕਰਦਾ ਅਤੇ ਉਨਾ ਹੀ ਉਹਨਾਂ ਨੇ ਜਿਹੜਾ ਉਹ ਖਰਾਬ ਕੀਤਾ ਹੈ ਸਿੱਖੀ ਨੂੰ, ਜਿਹੜਾ ਆਪਣੇ ਬਾਣੇ ਨੂੰ ਜਿਹੜਾ ਬਹੁਤ ਹੀ ਹੁਣ ਮੇਰੇ ਕੋਲ ਕੋਈ ਇਹੋ ਜਿਹੇ ਸ਼ਬਦ ਨਹੀਂ ਜਿਹਦੇ ਨਾਲ ਮੈਂ ਉਹ ਨਿੰਦਿਆ ਜਿੰਨੀ ਵੀ ਕਰਾਂ ਤਾਂ ਬਹੁਤ ਹੀ ਮਾੜੀ ਹੈ। ਅਤੇ ਖਾਸ ਕਰਕੇ ਸਭ ਤੋਂ ਪਹਿਲਾਂ ਮੈਂ ਜਿਹੜਾ ਸਾਡੇ ਆਪਣੇ ਨੌਜਵਾਨ ਜਿਹੜਾ ਪੁਲਿਸ ਦਾ ਮੁਲਾਜ਼ਮ ਸੀ ਜਿਹੜੇ ਸਾਡੇ ਨਿਹੰਗ ਸਿੰਘ ਸੀ ਜਿਹੜੇ ਉੱਥੇ ਬੰਦੀ ਬਣਾਏ ਹੋਏ ਸੀ, ਜਿਹੜੇ ਆਪਣੇ ਉਹਨਾਂ ਨੇ ਬੰਨਿਆ ਹੋਇਆ ਸੀ ਕੁੱਟ ਕੁੱਟ ਕੇ ਅਤੇ ਉਹਨਾਂ ਨੂੰ ਛਡਾਉਣ ਵਾਸਤੇ ਪੁਲਿਸ ਜਿਹੜੇ ਮੁਲਾਜ਼ਮ ਗਏ ਸੀ ਅਤੇ ਉਹਨਾਂ ਦੇ ਉੱਪਰ ਜਿਹੜਾ ਉਹਨਾਂ ਨੇ ਆਪਣੇ ਉੱਤੋਂ ਗੋਲੀਆਂ ਚਲਾਈਆਂ ਅਤੇ ਜਿਹਦੇ ਵਿੱਚ ਜਿਹੜਾ ਸੀ ਪੁਲਿਸ ਜਵਾਨ ਜਿਹੜਾ ਮਾਰਿਆ ਗਿਆ, ਨਾਲ ਜ਼ਖਮੀ ਵੀ ਹੋਏ ਨੇ। ਅਤੇ ਉਹ ਬਹੁਤ ਹੀ ਜ਼ਿਆਦਾ ਅਫਸੋਸ ਹੈ, ਮੈਂ ਉਹਦੀ ਜਿੰਨੀ ਵੀ ਨਿੰਦਾ ਹੋ ਸਕੇ ਤਾਂ ਉਹ ਉਨੀ ਬਹੁਤ ਹੀ ਮਾੜੀ ਘਟਨਾ ਉਹ ਜਿਹੜਾ ਉਹਨਾਂ ਨੇ ਪੁਲਿਸ ਦਾ ਜਿਹੜਾ ਜਵਾਨ ਮਾਰਿਆ ਅਤੇ ਉਹਨੂੰ ਆਪਣੇ ਉਹ ਵੀ ਸਾਡੇ ਹੀ ਬੱਚੇ ਨੇ। ਸੰਗਤ 'ਤੇ ਵੀ ਇਸ ਵਾਰ ਭਾਰੀ ਅਸਰ ਦੇਖਣ ਨੂੰ ਮਿਲਿਆ, ਉਹ ਰੌਣਕ ਜਿਹੜੀ ਹੈ ਉਹ ਦਿਖੀ ਨਹੀਂ ਗੁਰਪੁਰਬ ਦੇ ਵਿੱਚ ਜਿਹੜੀ ਅਕਸਰ ਆਪਾਂ ਵੇਖਦੇ ਹਾਂ ਇਸ ਘਟਨਾਕ੍ਰਮ ਨੂੰ ਲੈ। ਉਹਨਾਂ ਨੇ ਦਿਨ ਹੀ ਇਹੋ ਜਿਹਾ ਚੁਣਿਆ ਅਤੇ ਇਹ ਗੁਰੂ ਸਾਹਿਬ ਉਹਨਾਂ ਨੂੰ ਪਾਪਾਂ ਦੇ ਭਾਗੀ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਅਤੇ ਉਹ ਲੋਕ ਤਾਂ ਪਾਪਾਂ ਦੇ ਭਾਗੀ ਹੈ ਹੀ ਅਤੇ ਕਈ ਜਿਹੜੇ ਨੇ ਆਪਣੀ ਆਪਣੀ ਜਿਹੜੀ ਸਿਆਸਤ ਨੂੰ ਆਪਣੇ ਚੌਧਰ ਬਣਾਉਣ ਵਾਸਤੇ ਜਿਨ੍ਹਾਂ ਨੇ ਉਹਨੂੰ ਗਲਤ ਢੰਗ ਨਾਲ ਪੇਸ਼ ਕੀਤਾ ਉਹ ਆ ਕੇ ਇੱਥੇ ਪਹਿਲਾਂ ਤਾਂ ਆਪ ਆਉਂਦੇ, ਉਹ ਦੇਖਦੇ ਜਿਹੜੇ ਜਿਹੜੇ ਵੀ ਉੱਥੇ ਕੋਈ ਕਹਿ ਰਿਹਾ ਇੱਥੇ ਆਹ ਕਰ ਦਿਓ ਜੀ, ਇੱਥੇ ਪਾਰਕਿੰਗ ਬਣਾ ਦਿਓ ਜੀ ਇੱਥੇ। ਇਹ ਬੁੱਢਾ ਦਲ ਦੀ ਖਾਲਸਾ ਪੰਥ ਬੁੱਢਾ ਦਲ ਨੇ ਪੰਜਾਬ ਹਿੰਦੁਸਤਾਨ ਵਾਸਤੇ ਆਪਣੀਆਂ ਕੁਰਬਾਨੀਆਂ ਜਿਹੜੀਆਂ ਦਿੱਤੀਆਂ ਨੇ। ਕਪੂਰਥਲਾ ਜਿਹੜੀ ਰਿਆਸਤ ਹੈ ਇਹ ਬੁੱਢਾ ਦਲ ਦੇ 4ਵੇਂ ਜਥੇਦਾਰ ਦੇ ਜਿਹੜੀ ਰਾਜਧਾਨੀ ਕਾਇਮ ਕੀਤੀ ਸੀ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜੀ ਨੇ ਬੁੱਢਾ ਦਲ ਦੇ 3ਰੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਹੋਰਾਂ ਦੇ ਨਾਮ 'ਤੇ ਇਹ ਜਿਹੜਾ ਕਪੂਰਥਲਾ ਸ਼ਹਿਰ ਵਸਾਇਆ ਸੀ ਅਤੇ ਜਿੰਨੇ ਵੀ ਇਹ ਗੁਰਦੁਆਰਾ ਸਾਹਿਬਾਨ ਨੇ ਸਾਰੇ ਬੁੱਢਾ ਦਲ ਨੇ ਜਿਹੜੇ ਸੀ ਸਥਾਪਿਤ ਕੀਤੇ ਸੀ, ਯਾਦਗਾਰਾਂ ਕਾਇਮ ਕੀਤੀਆਂ ਸੀ। ਅਤੇ ਇਹ ਜਿਹੜਾ ਆਪਣੇ ਨਵਾਬ ਕਪੂਰ ਸਿੰਘ ਜੀ ਜਿਹੜਾ ਸਾਡੀ ਛਾਉਣੀ ਹੈ ਅਕਾਲ ਬੁੰਗਾ ਯਾਦਗਾਰ ਨਵਾਬ ਕਪੂਰ ਸਿੰਘ ਜੀ ਦੇ ਨਾਮ 'ਤੇ ਨਾਲ ਬਣਾਇਆ ਹੋਇਆ ਇਹ ਜਿਹੜਾ ਆਪਣੇ ਬੁੱਢਾ ਦਲ ਦੀ ਛਾਉਣੀ ਹੈ।
तो जिहड़ी इत्थे घटना होई है जदों मैं बाहर गया होया सी पंजाब तो हजूर साहब खालसा पंथ बुढ़ा दल का स्थापना दिवस मनाउण वास्ते मगरों इन्हां ने जिहड़ा सी पिठ पिछे वार किया ते जिहड़ा आके इत्थे कथित तौर पर जिहड़ा गलत जिहड़ा उत्थे कब्जा करन दी कोशिश की। मैनू ये भी नहीं समझ आ रही भी जे हुण पुलिस तो बगैर होर किहनूं दस्या जावे, जे पुलिस जे बंदिया नूं साडे उत्थे पुलिस ना जांदी तो उन्हां नूं मार देना सी। आ बैठे ने दोवें इन्हां नूं बन्निया होया सी ते उन्हां नूं कुट मार रहे सी, पुलिस ने ते जाके छुड़वाए ने। पुलिस नूं इह खमियाजा भुगतना पिया भी पुलिस दा जवान भी उन्होंने जिहड़ा मार दिता, नाल पुलिस दे अपने फायरिंग की, पर पुलिस ने भी आपदे शांत उहदे तरीके नाल जिहड़ा फिर भी जिहड़ा आप मार भी खा ली, पर पुलिस ने अगों जिहड़ा कोई वार नहीं किया उन्हां ते। मैं हुण भी गुरु नानक नामदेवा संगतां नूं बेनती करदा इहदा जिहड़ा माड़ा असर ते जांदा ही है, पर आपां हुण भी बहुत ही शांतमई तरीके दे नाल कानूनी उहदे नाल ही आपां चल रहे हां। जिथे जदों ये जिहड़ियां जमीनां जायदादां ने सारियां बुढ़ा दल दे नाम ते ने, कानूनी उहदे मुताबक सारा कुछ सही है, ये जमीनां जायदादां इत्थे ही रह जांदियां ने, कोई सिर ते चुक के नहीं इन्हां नूं लै जांदा। पर जिहड़ा आपां गुरु साहिब दे प्रकाश दिहाड़े जिहड़े गुरु नानक साहिब जी दे उन्हां नूं जिहड़े समर्पित प्रोग्राम आपां कर रहे हां उह पहलां मुख रखणे चाहीदे सी, ना कि अपनी निजी लालच वस हो के ये काम नहीं सी गलत करना चाहीदा। ये बहुत ही मंदभागा है, बहुत ही दुखदाई है। ਬਾਬਾ ਜੀ ਤੁਹਾਡੇ ਉੱਤੇ ਆਰੋਪ ਲਗਾਉਂਦੇ ਨੇ ਉਹ ਕਿ 2020 ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਇਸ ਛਾਉਣੀ ਦੇ ਉੱਤੇ ਤੁਹਾਡੇ ਵੱਲੋਂ ਕਬਜ਼ਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਇਸ ਛਾਉਣੀ ਨੂੰ ਸਥਾਪਿਤ ਕੀਤਾ ਸੀ, ਇੱਥੇ ਗੁਰੂ ਘਰ ਬਣਾਇਆ ਸੀ, ਜਿਹੜੇ ਬਲਬੀਰ ਸਿੰਘ ਹੋਣਾ ਨੇ ਮਿਲੀ ਭੁਗਤ ਦੇ ਨਾਲ। ਜਾਂ ਤਾਂ ਹੁਣ ਤੁਹਾਨੂੰ ਕਾਗਜ਼ ਦਿਖਾ ਦਈਏ, ਕਾਗਜ਼ ਫਿਰ ਹੀ ਪਤਾ ਲੱਗੂਗਾ ਹੈ ਨਾ। ਪ੍ਰਸ਼ਾਸਨ ਨੇ ਜੇ ਕਬਜ਼ਾ ਉਦੋਂ ਤਾਂ ਕਾਂਗਰਸ ਦੀ ਸਰਕਾਰ ਸੀ, ਉਦੋਂ ਤਾਂ ਆਪਦੀ ਸਰਕਾਰ ਨਹੀਂ ਸੀ। DC SSP ਨੇ ਸਾਰੇ ਕਾਗਜ਼ ਦੇਖ ਕੇ ਕੇਸ ਜਿੱਤ ਕੇ, ਉਹ ਵੀ ਸਾਡਾ ਹੀ ਬੰਦਾ ਸੀ, ਬੁੱਢਾ ਦਲ ਦਾ ਹੀ ਸੀ, ਬੁੱਢਾ ਦਲ ਦੀ ਛਾਉਣੀ ਹੈ ਜੇ ਹੁਣ ਇੱਥੇ ਬੈਠੇ ਹਾਂ। ਇੱਥੇ ਆ ਕੇ ਵੀ ਉਹਨਾਂ ਨੇ ਗਲਤ ਢੰਗ ਦੇ ਨਾਲ ਆਪਣੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇੱਕ ਹੋਰ ਛਾਉਣੀ ਹੈ ਉੱਥੇ ਵੀ ਪੁਲਿਸ ਵਾਲੇ ਕੋਈ ਆਪਣੇ ਜੇ ਬੰਦਾ ਛਡਾਉਣ ਆ ਗਏ, ਉਹਨਾਂ ਨੇ ਮਾੜਾ ਕੰਮ ਤਾਂ ਨਹੀਂ ਸੀ ਕੀਤਾ, ਉਹ ਆਪਦੇ ਕਾਗਜ਼ ਦਿਖਾਉਂਦੇ, ਜੇ ਕਾਨੂੰਨੀ ਉਹਨਾਂ ਦਾ ਸਹੀ ਤਾਂ ਕਬਜ਼ਾ ਲੈ ਲੈਂਦੇ ਹੈ ਨਾ। ਜੇ ਕਬਜ਼ਾ ਉਹ ਆਪਣੇ ਕਾਨੂੰਨ ਦੇ ਹਿਸਾਬ ਨਾਲ ਫਿਰ ਉਹਨਾਂ ਨੂੰ ਵੀ ਮਿਲ ਸਕਦਾ ਸੀ, ਬੰਦੇ ਮਾਰਨ ਦੀ ਜਾਂ ਧੱਕੇ ਲਾ ਕੇ ਵੜਨ ਦੀ ਕੋਈ ਆਪਣੇ, ਜਾਂ ਤਾਂ ਉਹਨਾਂ ਨੂੰ ਕੋਈ ਪਰਮਿਸ਼ਨ ਦਿੱਤੀ ਸੀ ਪ੍ਰਸ਼ਾਸਨ ਨੇ, ਫਿਰ ਤਾਂ ਆ ਕੇ ਕਬਜ਼ਾ ਕਰਦੇ ਹੈ ਨਾ। ਜੇ ਮੈਂ ਆਇਆ ਸੀ ਉੱਥੇ ਕਾਨੂੰਨੀ ਉਹਦੇ ਮੁਤਾਬਕ ਆਇਆ ਸੀ, ਸਾਰੇ ਕੇਸ ਜਿੱਤ ਕੇ ਜਿਹੜੇ ਵਕਫ ਬੋਰਡ ਦੀ ਜ਼ਮੀਨ ਆ ਉਹਦੇ ਪਟੇ ਮੇਰੇ ਨਾਮ 'ਤੇ ਨੇ, ਬੁੱਢਾ ਦਲ ਦੇ ਨਾਮ 'ਤੇ ਕਰਵਾ ਕੇ ਸਾਰਾ ਗਰਦੌਰੀਆਂ ਹਰ ਚੀਜ਼ ਜਿਹੜੀ ਜਮ੍ਹਾਂਬੰਦੀ ਸਾਰੀ ਜਿਹੜੀ ਆ ਉਹ ਮੇਰੇ ਨਾਮ 'ਤੇ ਆ, ਗਲਤ ਨਹੀਂ ਕੋਈ ਕੀਤਾ। ਕਾਨੂੰਨੀ ਤੌਰ 'ਤੇ ਜਿਹੜਾ ਸੀ ਉਹ ਆਪਣੇ ਪ੍ਰਸ਼ਾਸਨ ਨੇ ਮੈਨੂੰ ਉੱਤੇ ਪ੍ਰਬੰਧ ਸਮਾਇਆ ਸੀ। ਇਹਦੇ ਉੱਪਰ ਜਿਹੜਾ ਉਦੋਂ ਵੀ 302 ਦਾ ਇਹਨਾਂ ਨੇ ਬੰਦਾ ਮਾਰਤਾ ਸੀ ਇਸੇ ਮਾਨ ਸਿੰਘ 'ਤੇ, 302 ਦਾ ਪਹਿਲਾਂ ਵੀ ਪਰਚਾ ਦਰਜ ਹੈ, ਹਾਈ ਕੋਰਟ ਤੋਂ ਵੀ ਇਹਦੀ ਜ਼ਮਾਨਤ ਕੈਂਸਲ ਹੋਈ ਹੋਈ ਹੈ। ਅਤੇ ਉਦੋਂ ਜੇ ਗ੍ਰਿਫਤਾਰ ਕੀਤਾ ਹੁੰਦਾ ਪੁਲਿਸ ਨੇ ਤਾਂ ਇਹ ਅੱਜ ਜਿਹੜਾ ਸੀ ਆਹ ਮਾੜੀ ਘਟਨਾ ਦੁਬਾਰਾ ਨਹੀਂ ਸੀ ਹੋਣੀ। ਬੁੱਢਾ ਦਲ ਆਪਣੇ ਜਿਹੜਾ ਆਪਣੇ ਰਾਜਧਾਨੀਆਂ ਕਾਇਮ ਕਰਦਾ ਹੈ, ਗੁਰਦੁਆਰਾ ਸਾਹਿਬਾਨ, ਹੁਣ ਆਪਾਂ ਇੱਥੇ ਆ ਕੇ ਰੜੇ ਤੇ ਬੈਠੇ ਹੋਏ ਹਾਂ ਹੈ ਨਾ। ਆਪਾਂ ਤਾਂ ਇੱਕ ਸ਼ਾਂਤਮਈ ਉਹ ਸ਼ਾਂਤੀ ਚਾਹੁੰਦੇ ਹਾਂ, ਬਿਲਕੁਲ ਕਦੇ ਕੋਈ ਧੱਕਾ ਨਹੀਂ ਚਾਹੁੰਦੇ ਆਪਾਂ, ਕੋਈ ਕਾਨੂੰਨ ਦੇ ਮੁਤਾਬਕ ਫਿਰ ਸਭ ਕੁਛ ਠੀਕ ਕਰ ਲਾਂਗੇ। ਪਰ ਜਿਹੜਾ ਆਪਣੇ ਇਹ ਗਲਤ ਹੈ ਜੇ ਆਪਣੇ ਕਿਸੇ ਦਾ ਨਾਲੇ ਤੇ ਅਖੰਡ ਪਾਠ ਸਾਹਿਬ ਅਸੀਂ ਰੱਖੇ ਹੋਏ ਸੀ, ਮੇਰੇ ਆ ਸੇਵਾਦਾਰ ਜਗਜੀਤ ਸਿੰਘ, ਆ ਬਾਬਾ ਨਰਵੈਰ ਸਿੰਘ ਜੀ ਹੈ ਨਾ, ਇਹਨਾਂ ਨੂੰ ਆ ਕੇ ਬੰਨ ਲਿਆ, ਜਿਹੜੇ ਵਿਚਾਰੇ ਗ੍ਰੰਥੀ ਸੀ ਉਹ ਕੋਈ ਭੱਜ ਗਿਆ, ਜੇ ਦੋ ਤਿੰਨ ਸਾਡੇ ਸੇਵਾਦਾਰ ਲੱਭ ਨਹੀਂ ਰਹੇ ਤੇ ਉਹ ਉਹਨਾਂ ਨੇ ਬਹੁਤ ਹੀ ਮਾੜਾ ਕੀਤਾ ਇਹ ਆਪਣੇ ਪ੍ਰਸ਼ਾਸਨ ਨੇ। ਇੱਥੇ ਆ ਕੇ ਜਿਹੜੀ ਢਿੱਲੀ ਕਾਰਗੁਜ਼ਾਰੀ ਕੀਤੀ ਹੈ, ਨਾਲੇ ਸਾਨੂੰ ਘਰੋਂ ਬੇਘਰ ਕਰਤਾ, ਨਾਲੇ ਆਪਣੇ ਜਿਹੜਾ ਅਜੇ ਤੱਕ ਸਾਨੂੰ ਉੱਥੇ ਆਪਣੇ ਜਿਹੜਾ ਅਜੇ ਇਹ ਕਹਿ ਰਹੇ ਨੇ, ਚਲੋ ਫਿਰ ਵੀ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਜਿਹੜਾ ਕੋਈ ਨਹੀਂ, ਜਿੱਥੇ ਸ਼ਾਂਤੀ ਰਹਿੰਦੀ ਆ ਉਹਦੇ ਆਪਾਂ ਦੋ ਦਿਨ ਬਾਅਦ ਸਹੀ ਫਿਰ ਵੀ ਆਪਣੇ ਕਰ ਲਾਂਗੇ ਕਾਰਵਾਈ। ਪਰ ਇਹ ਜਿਹੜਾ ਗਲਤ ਹੋਇਆ ਜੋ ਵੀ ਹੋਇਆ ਬਹੁਤ ਹੀ ਗਲਤ ਹੈ। ਅਖੀਰ 'ਚ ਸੰਗਤ ਦੀ ਤਾਂ ਜੇ ਬਾਅਦ 'ਚ ਪਹਿਲਾਂ ਚੰਗੀ ਤਰ੍ਹਾਂ ਪੁੱਛ ਤੇ ਲਓ ਹੋਰ ਕੀ ਆਪਣੇ ਤੁਹਾਨੂੰ ਦੁੱਖ ਹੈਗਾ। ਜਿਹੜੇ ਇਹਨਾਂ ਨੇ ਜਿਹੜਾ ਆਪਣੇ ਗਲਤ ਕੀਤਾ
ਉਹਦਾ ਕੌਣ ਇਹਨਾਂ ਨੂੰ ਸਜ਼ਾ ਦੇਊਗਾ ਕਿ ਇਹ 10 ਬੰਦੇ ਇਕੱਠੇ ਹੋ ਕੇ ਪੁਲਿਸ ਨੂੰ ਵੀ ਤੁਸੀਂ ਇਹ ਨੈੱਟ ਤੇ ਦੇਖਿਆ ਕਿ ਨਹੀਂ ਪੁਲਿਸ ਨੂੰ ਅਜੇ ਵੀ ਕਹਿ ਰਹੇ ਜੇ ਸਾਨੂੰ ਮਾਰਨ ਦੀਆਂ ਆਪਣੇ ਉਹ ਵੀ ਗ੍ਰਿਫਤਾਰ ਕਰਨਗੇ ਅਸੀਂ ਅੱਗੋਂ ਮਾਰਾਂਗੇ ਕਿ ਜੇ ਬੰਦੇ ਕਿਸੇ ਨੂੰ ਮਾਰ ਕੇ ਤੇ ਫਿਰ 10 ਬੰਦੇ ਇਕੱਠੇ ਹੋ ਕੇ ਉਹ ਇੰਨਾ ਹੀ ਕਾਨੂੰਨ ਨਾਲ ਕਾਨੂੰਨ ਦੀਆਂ ਧੱਜੀਆਂ ਉਡਾਉਣਗੇ ਹਨਾ 302 ਦਾ ਪਰਚਾ ਦਰਜ ਆ ਹੁਣ ਤੱਕ ਇਹਨਾਂ ਨੂੰ 3 ਸਾਲ ਹੋ ਗਏ ਨੇ ਕਿਉਂ ਨਹੀਂ ਗ੍ਰਿਫਤਾਰ ਕੀਤਾ ਹਨਾ ਕਿਉਂ ਨਹੀਂ ਹੁਣ ਤੱਕ ਇਹ ਸ਼ਰੇਆਮ ਹੈ ਤੁਰਿਆ ਫਿਰਦਾ ਹੁਣ ਵੀ ਆਪਣੇ ਇੱਥੇ ਪਰਚਾ ਦਰਜ ਹੈ ਜਿਹੜੇ ਬੰਦੇ ਵਿੱਚ ਵੀਡੀਓ 'ਚ ਆਏ ਹੋਏ ਨੇ ਜਿਹੜੇ ਮਾੜਾ ਕੰਮ ਕਰ ਰਹੇ ਨੇ ਗੋਲੀਆਂ ਚਲਾ ਰਹੇ ਨੇ ਨਜਾਇਜ਼ ਪਿਸਤੌਲ ਜਿਹੜਾ ਸਾਹਮਣੇ ਦਿਸ ਰਿਹਾ ਹਨਾ ਉਹ ਕੋਈ ਲਾਇਸੈਂਸੀ ਥੋੜ੍ਹੀ ਹੁੰਦਾ ਜਿਹੜਾ ਪਿਸਤੌਲ ਉਹਨੇ ਆਪਣੇ ਵੀਡੀਓ 'ਚ ਦਿਸ ਰਿਹਾ ਕਿਉਂ ਨਹੀਂ ਇਹਨਾਂ ਨੂੰ ਗ੍ਰਿਫਤਾਰ ਕਰ ਰਹੇ ਪੁਲਿਸ ਵਾਲੇ ਹਨਾ ਪੁਲਿਸ ਦੇ ਸਾਹਮਣੇ ਬੰਦਿਆਂ ਨੂੰ ਬੰਨਿਆ ਹੋਇਆ ਪੁਲਿਸ ਵਾਲੇ ਜੇ ਅੱਗੇ ਹੱਥ ਜੋੜ ਕੇ ਐਂ ਖੜਨਗੇ ਬਦਮਾਸ਼ਾਂ ਦੇ ਅੱਗੇ ਆਪਣੇ ਇਹੋ ਜਿਹਿਆਂ ਦੇ ਉਹ ਆਪਣੇ ਕੋਈ ਚੰਗੀ ਕਾਰਗੁਜ਼ਾਰੀ ਥੋੜ੍ਹੀ ਹੈ ਸਰਕਾਰ ਤੋਂ ਮੰਗ ਤੇ ਆਪਣੇ ਮੈਂ ਇਹ ਚਾਹੁੰਦਾ ਵੀ ਮੰਗ ਨਹੀਂ ਕਦੇ ਵੀ ਖਾਲਸਾ ਕਰਦਾ ਇਹ ਤਾਂ ਉਹਨਾਂ ਨੇ ਦੇਖਣਾ ਕਾਨੂੰਨ ਕਿਵੇਂ ਹਨਾ ਉਹਨਾਂ ਨੇ ਚਲਾਉਣਾ ਪਰ ਇਹ ਹੈ ਬਹੁਤ ਦੁੱਖਦਾਈ ਹੈ ਜੇ ਆਪਣੇ ਪੁਲਿਸ ਵਾਲੇ ਨੂੰ ਸ਼ਹੀਦ ਕਰਤਾ ਮਾਰਤਾ ਉਹਨੂੰ ਹਨਾ ਅੱਗੇ ਉਹਨਾਂ ਦੇ ਜਿਹੜੇ ਕਈ ਜਵਾਨ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਲਿਹਾਜ਼ ਨਹੀਂ ਕਰਨਾ ਚਾਹੀਦਾ ਤਾਂ ਹੀ ਅਮਨ ਸ਼ਾਂਤੀ ਰਹਿ ਸਕਦੀ ਹੈ ਤੇ ਜਿਹੜੇ ਆਪਣੇ ਰਿਕਾਰਡ ਆਪਦਾ ਸਾਰਾ ਚੈੱਕ ਕਰਨ ਜਿਹਦੇ ਹੱਕ 'ਚ ਹੈਗਾ ਉਹਨੂੰ ਆਪਣੇ ਉਹ ਜਿਹੜੀ ਹੈ ਉਹ ਜ਼ਰੂਰ ਜਿਹੜੀ ਚੀਜ਼ ਵਾਪਸ ਕਰਨੀ ਚਾਹੀਦੀ ਹੈ ਇੱਕ ਤਾਂ ਆ ਕੇ ਉਹਨਾਂ ਨੇ ਧੱਕਾ ਕੀਤਾ ਉਲਟਾ ਪੁਲਿਸ ਨੇ ਸਾਡੀ ਮਦਦ ਕਰਨ ਦੀ ਬਜਾਏ ਉਹ ਜਿਹੜੀ ਉੱਥੇ ਆਪਣੇ 45 ਲਾਉਣ ਦੀ ਅਜੇ ਤੱਕ ਮੈਨੂੰ ਪਤਾ ਨਹੀਂ ਕੀ ਕਾਰਵਾਈ ਚੱਲ ਰਹੀ ਹੈ ਪਰ ਆਪਣੇ ਜੇ ਕੋਈ ਲੁੱਟੀ ਹੋਈ ਚੀਜ਼ ਆ ਉਹ ਤਾਂ ਫਿਰ ਵਾਪਸ ਦੇ ਦਿੰਦੇ ਨੇ ਹਨਾ ਪਰ ਸਾਡਾ ਸਭ ਕੋਈ ਸੂਈ ਵੀ ਨਹੀਂ ਉੱਥੇ ਛੱਡੀ ਇਹਨਾਂ ਨੇ ਆਪਣੇ ਡਾਕੂਆਂ ਨੇ ਤੇ ਉਹ ਆਪਣੇ ਪੁਲਿਸ ਨੂੰ ਵਧੀਆ ਕਾਰਗੁਜ਼ਾਰੀ ਕਰਕੇ ਜਾਂ ਪ੍ਰਸ਼ਾਸਨ ਨੂੰ ਉਹ ਸਾਡਾ ਜਿਹੜਾ ਸਾਰਾ ਸਮਾਨ ਵੀ ਵਾਪਸ ਦਵਾਉਣ ਜਿਹੜਾ ਸਾਡੀ ਛਾਉਣੀ ਆ ਉਹ ਸਾਡੇ ਆਪਣੇ ਰਿਕਾਰਡ ਮੁਤਾਬਕ ਸਾਨੂੰ ਵਾਪਸ ਕਰਨ ਜਿਹੜਾ ਆਪਣੇ ਇਹਨਾਂ ਨੇ ਬੰਦਿਆਂ ਨੇ ਜਿਨ੍ਹਾਂ ਨੇ ਇਹਨਾਂ ਜਵਾਨ ਨੂੰ ਮਾਰਿਆ ਜਿਨ੍ਹਾਂ ਨੇ ਗਲਤ ਕੰਮ ਕੀਤਾ ਸਾਡੇ ਬੰਦਿਆਂ ਨੂੰ ਆਪਣੇ ਮਾਰ ਮਾਰ ਕੇ ਹਨਾ ਇਹਨਾਂ ਨੂੰ ਮਾਰ ਦੇਣਾ ਸੀ ਜੇ ਉੱਥੇ ਪੁਲਿਸ ਨਾ ਜਾਂਦੀ DSP ਜਿਹੜੇ ਵੀ ਉੱਥੇ ਅਫਸਰ ਗਏ ਨੇ ਮੌਕੇ 'ਤੇ ਉਹਨਾਂ ਨੇ ਛੁਡਵਾਇਆ ਉਹਨਾਂ ਨੂੰ ਅੱਗੋਂ ਆਪਣੇ ਇਹਨਾਂ ਨੇ ਗੋਲੀਆਂ ਮਾਰੀਆਂ ਨੇ ਜਿਹੜੇ ਆਪਣੇ ਬੰਦੇ ਅੱਜ ਬੋਲ ਰਹੇ ਨੇ ਆਪਣੇ ਵੱਖ ਵੱਖ ਕਿਸੇ ਵੀ ਆਪਣੇ ਉਹ ਰਾਜਨੀਤਿਕ ਉਹਨਾਂ ਨੂੰ ਵੀ ਜ਼ਰੂਰ ਬੇਨਤੀ ਹੈ ਉਹ ਆ ਕੇ ਆਪਣੇ ਪਹਿਲਾਂ ਸਾਰਾ ਵੇਖਦੇ ਇੱਥੇ ਸਾਰਾ ਚੈੱਕ ਕਰਦੇ ਫਿਰ ਆਪਣੇ ਜਿਹੜਾ ਉਹ ਆਪਣੇ ਵੇਖਦੇ ਵੀ ਕਿਹਦੇ ਨਾਂ 'ਤੇ ਜਿਹੜੀ ਆਪਣੇ ਜਗ੍ਹਾ ਹੈ ਕਿਹਦੇ ਨਾਂ 'ਤੇ ਇੱਥੇ ਕਿਹਦਾ ਪ੍ਰਬੰਧ ਚੱਲ ਰਿਹਾ ਮੈਂ 2020 ਤੋਂ ਨਹੀਂ ਆਇਆ ਮੈਂ ਪਹਿਲਾਂ ਤੋਂ ਲੈ ਕੇ ਹੀ ਆਪਣੇ ਸਾਡਾ ਹੀ ਇੱਥੇ ਪ੍ਰਬੰਧ ਹੈ ਸਾਡਾ ਹੀ ਜੇ ਇੱਕ ਬੰਦਾ ਕੋਈ ਆਪਣੇ SHO ਕੋਈ ਆਕੀ ਹੋ ਜੂਗਾ ਸਰਕਾਰ ਤੋਂ ਹਨਾ ਉਹ ਤਾਂ ਆਪਣੇ ਇੱਕ ਸੇਵਾਦਾਰ ਹੈ ਗ੍ਰੰਥੀ ਹੁੰਦਾ ਮੁੱਖ ਤੇ ਆਪਣੇ ਮੁਖੀ ਹੁੰਦਾ ਹੈ ਨਾ ਜਿਹੜਾ ਵੀ ਕੋਈ ਸੰਸਥਾ ਦਾ ਮੁਖੀ ਹੁੰਦਾ ਇਸ ਕਰਕੇ ਉਹ ਆਪਣੇ ਜੇ ਕੋਈ ਗਦਾਰੀ ਕਰਦਾ ਉਹਨੂੰ ਬਦਲ ਕੇ ਹੋਰ ਵੀ ਉਹਦੀ ਜਗ੍ਹਾ ਤੇ ਲਾਇਆ ਜਾਂਦਾ ਤੇ ਕੋਈ ਗਲਤ ਨਹੀਂ ਕੋਈ ਆਪਣੇ ਬਿਲਕੁਲ ਕੋਈ ਕਬਜ਼ਾ ਨਹੀਂ ਕੀਤਾ ਕਾਨੂੰਨੀ ਸਭ ਕੁਝ ਹੈਗਾ ਤੇ ਇਹਨਾਂ ਨੇ ਆ ਕੇ ਜਿਹੜਾ ਗਲਤ ਕੰਮ ਕੀਤਾ ਇਹੋ ਜਿਹੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਜਿਹੜਾ ਆ ਕੇ ਇਹਨਾਂ ਨੇ ਗਲਤ ਕੀਤਾ ਉਹ ਬਹੁਤ ਹੀ ਦੁੱਖਦਾਈ ਮੰਦਭਾਗਾ ਉਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਨੀ ਥੋੜ੍ਹੀ ਹੈ ਤੇ ਜਿਹੜੇ ਆਪਣੇ ਗਲਤ ਬੋਲ ਰਹੇ ਨੇ ਬਿਆਨਬਾਜ਼ੀ ਕਰ ਰਹੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਵੀ ਇੱਥੇ ਕੀ ਕਾਗਜ਼ ਪੱਤਰ ਕਿਹਦੇ ਨਾਮ 'ਤੇ ਹੈ ਸਿਰਫ ਆਪਦੀ ਸਿਆਸੀ ਜਿਹੜੀ ਹੈ ਉਹ ਰੋਟੀਆਂ ਸੇਕ ਰਿਹਾ ਉਹਨਾਂ ਦੀ ਭਲਾਈ ਨਹੀਂ ਕਦੇ ਵੀ ਹੋਣੀ ਉਹ ਇਹਦੇ ਨਾਲ ਕੋਈ ਆਪਦੇ ਪਾਪ ਨਹੀਂ ਧੋ ਸਕਦਾ ਕੋਈ ਵੀ ਉਹਨਾਂ ਨੂੰ ਬੇਨਤੀ ਹੈ ਵੀ ਉਹ ਜ਼ਰੂਰ ਸੱਚਾਈ ਨੂੰ ਆਪਣੇ ਦੇਖਣ ਆਪਦੀ ਪੀੜ੍ਹੀ ਥੱਲੇ ਸੋਟਾ ਫੇਰਨ ਫੇਰ ਹੀ ਕੋਈ ਗੱਲ ਕਰਨ ਅੱਗੇ ਕਿਸੇ ਦੇ ਜੇ ਕੋਈ ਗੱਲਬਾਤ ਕਰਨੀ ਹੁੰਦੀ ਹੈ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਕਦੇ ਵੀ ਮੈਂ ਖਾਸ ਕਰਕੇ ਜਾਂ ਆਪਣੇ ਬੁੱਢਾ ਦਲ ਜਿਹੜਾ ਕਦੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਂਦਾ ਕਾਨੂੰਨ ਦੇ ਮੁਤਾਬਕ ਹੀ ਚੱਲਦੇ ਹਾਂ ਪਰ ਵੈਰੀ ਨੂੰ ਜ਼ਰੂਰ ਜਿਹੜਾ ਆਪਣੇ ਪਤਾ ਹੋਣਾ ਚਾਹੀਦਾ ਵੀ ਅਸੀਂ ਜਿਹੜਾ ਗਲਤ ਪੰਗੇ ਲੈ ਰਹੇ ਹਾਂ ਉਹ ਜਿਹੜਾ ਉਹ ਆਪਾਂ ਦੇ ਸਰਕਾਰ ਜਾਂ ਜਿਹੜੀ ਆਪਣੇ ਪੰਜਾਬ ਪੁਲਿਸ ਹੈ ਇਹਨੂੰ ਜ਼ਰੂਰ ਇਹਨਾਂ ਨੂੰ ਲੈਣਾ ਚਾਹੀਦਾ ਐਕਸ਼ਨ ਜਿਹੜਾ ਸਖਤ ਐਕਸ਼ਨ ਲੈਣਾ ਚਾਹੀਦਾ ਹੁਣ ਵੀ ਉਹ 302 ਦਾ ਪਰਚਾ ਪਹਿਲਾਂ ਵੀ ਹੈ ਹੁਣ ਵੀ ਹੈ ਅਤੇ ਪਰਚਾ ਦਰਜ ਕਰਕੇ ਥੋੜ੍ਹੀ ਹੈ ਵੀ ਹੁਣ ਇੱਥੋਂ ਉਹਨੂੰ ਆਪਣੇ ਜੇ ਆਪਾਂ ਉਹਨੂੰ ਐਂ ਛੱਡ ਦਿਆਂਗੇ ਤਾਂ ਅੱਗੇ ਜਾ ਕੇ ਉਹ ਫਿਰ ਕੋਈ ਨਾ ਕੋਈ ਐਂ ਖਰਾਬੀ ਕਰਨਗੇ ਇਹਨਾਂ 'ਤੇ ਸਖਤ ਐਕਸ਼ਨ ਲੈਣਾ ਚਾਹੀਦਾ ਬਹੁਤ ਹੀ ਗਲਤ ਅਤੇ ਮੰਦਭਾਗਾ ਹੈ ਜਿਹੜਾ ਉਹਨਾਂ ਦਾ ਲਿਹਾਜ਼ ਕੀਤਾ ਜਾ ਰਿਹਾ ਇਹ ਤਾਂ ਹੋਰ ਵਾਰਦਾਤ ਵਾਸਤੇ ਉਡੀਕ ਰਹੇ ਨੇ ਜਿਹੜੀ ਆਪਣੇ ਪ੍ਰਸ਼ਾਸਨ ਹੈ
ये होर पंगा खड़ा कराउणगे जे अपने इहनू ना फड़िया। ये जिन्ने भी दोषी ने इन्हां नूं तुरंत फड़िया जाना चाहीदा जिन्हां ने गलत काम कीता। हुण ते अपने आ भी अपने टप गया, अज भी अपने महाराज कृपा करे सब कुछ सुख शांति नाल अपने टप जाणा। ये बंदिया ने पिछले ये सारे बंदे जिन्हां ने मेरे ते अटैक किए, मेरे परिवार को शहीद किया, पांच मेरे परिवार के मैंबर, मेरे जिहड़े साथी सी, हुण तक 13 जिहड़े मेरे साथियां ने इन्हां ने शहीद कर चुके ने। ते हुण भी जिहड़ा इन्हां ने पुलिस के जवान नूं अपने बेरहमी नाल जिहड़ा उहनूं मारिया विचारे नूं ते पुलिस नूं जख्मी किया। ते जे अजे भी ये बंदियां तों पुलिस डरदी रहूगी ते फिर अपने बहुत ही माड़ी गल है इहदे वास्ते प्रशासन वास्ते, जे उहनां तों इन्ना डरदे डरदे उहनां नूं गिरफ्तार भी नहीं करनगे। ते कोई टाइम बाउंड अल्टीमेटम देना चाहते हो प्रशासन नूं जिहड़ा जगह तुहाडी है वापस मिले? अज अपने आ सारा सुख शांति ना करके गुरु नानक साहब जी के प्रकाश पुरबां वाल महाराज जी कृपा करन, इहदे तों बाद फिर सारी आपां करांगे गलबात, है ना। ये तो अपने ये किहड़ा कोई सिर ते चुक के थोड़ी लै जूगा, है ना। अजे तो उहदियां अपने महाराज ने उहनूं सज़ा दित्ती हुई लत्तां ही नहीं है, उत्थे बैठा ही इन्ने अपने पुलिस नूं भी दाबे मारी जांदा मैं कर दूं, है ना। वीडियो च देखो, है ना। अजे तो अपने पता नहीं जे दो लत्तां होंदियां फिर पता नहीं वह की करता, है ना। वह तो ऐ बनया फिरदा भी जिवें पता नहीं मैं की खुद है ना खुदा ही बनया फिरदा। गुरु साहब कृपा करन इहो जे पापियां नूं आप ही सज़ा देणगे।